ਸਤਿ ਸ਼੍ਰੀ ਅਕਾਲ ਪੰਜਾਬ ਭਾਰਤ ਤੇ ਕੈਨੇਡਾ ਦੀਆਂ ਇੰਗਲਿਸ਼ ਹਿੰਦੀ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਡੇਲੀ ਡੋਟ ਕੋਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ ਮੈਂ ਹਾਂ ਰਾਧਿਕਾ ਛਾਬੜਾ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ ਪੰਜਾਬ ਵਿੱਚ ਸੀਐਮ ਅਮਰਿੰਦਰ ਸਿੰਘ ਨੇ ਪਰਾਲੀ ਜਲਾਉਣ ਨੂੰ ਲੈ ਕੇ ਸੀਐਮ ਅਰਵਿੰਦ ਕੇਜਰੀਵਾਲ ਦੁਆਰਾ ਬੈਠਕ ਦੀ ਪੇਸ਼ਕਸ਼ ਨੂੰ ਖਾਰਿਜ ਕਰ ਦਿੱਤਾ ਅਤੇ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਰਾਜਿਆਂ ਤੋਂ ਪਾਣੀ ਦੀ ਰਾਇਲਟੀ ਮੰਗਣ ਭਾਰਤ ਵਿੱਚ ਪੀਐਮ ਨਰਿੰਦਰ ਮੋਦੀ ਨੇ ਆਤੰਕਵਾਦ ਨਾਲ ਨਿਪਟਣ ਲਈ ਖੇਤਰੀ ਸਹਿਯੋਗ ਨੂੰ ਵਧਾਉਣ ਲਈ ਕਿਹਾ ਅਤੇ ਦਾਊਦ ਇਬਰਾਹਿਮ ਦੀ ਦੱਖਣੀ ਮੁੰਬਈ ਦੇ ਤਿੰਨ ਪ੍ਰਮੁੱਖ ਸੰਪਤੀਆਂ ਹੋਈ ਨਿਲਾਮ ਕੈਨੇਡਾ ਵਿੱਚ ਟਰੂਡੋ ਨੇ ਕਿਹਾ ਕਿ ਕੈਨੇਡਾ ਛੇਤੀ ਏਸ਼ੀਅਨ ਡਿਫੈਂਸ ਮਿਨਿਸਟਰਸ ਪੈਨਲ ਦਾ ਸਦੱਸਿਆ ਬਣੇਗਾ ਅਤੇ ਓਨਟੇਰੀਓ ਦੀ ਲਿਬਰਲ ਸਰਕਾਰ ਛੋਟੇ ਵਿਵਸਾਇ ਲਈ ਟੈਕਸ ਵਿੱਚ ਕਟੌਤੀ ਕਰੇਗੀ ਸਾਡੇ ਨਾਲ ਜੁੜੇ ਰਹੋ ਦੋਸਤੋ ਅਸੀਂ ਪੰਜਾਬ ਭਾਰਤ ਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ